ਇਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਸਾਰੇ ਸਟੇਟ ਦੇ ਵਿੱਚ ਸਪੈਸ਼ਲ ਆਪਰੇਸ਼ਨ ਸੀਲ ਚੱਲ ਰਿਹਾ ਹੈਗਾ ਤੇ ਤਿੰਨ ਸਟੇਟਾਂ ਦੀ ਪੁਲਿਸ ਜਿਹੜੀ ਆ ਨਾਕਾਬੰਦੀ ਕਰਵਾ ਰਹੀ ਇੰਟਰਸਟੇਟ ਦੇ ਨਾਲ ਆਪਾਂ ਜੁਆਇੰਟ ਜਿਹੜਾ ਨਾਕਾਬੰਦੀ ਕਰਵਾ ਰਹੇ ਹੈਗੇ ਆ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਨਾਲ ਇਹ ਨਾਕਾਬੰਦੀ ਸਪੈਸ਼ਲ ਕੀਤੀ ਗਈ ਹੈ ਤਾਂ ਕਿ ਜਿਹੜੇ ਕੋਈ ਸ਼ਰਾਰਤੀ ਅਨਸਰ ਆ ਕੋਈ ਨਸ਼ਾ ਤਸਕਰ ਆ ਜਾਂ ਕੋਈ ਹੁੱਲੜਬਾਜ਼ੀ ਵਾਲੇ ਆ ਉਹਨਾਂ ਨੂੰ ਅਸੀਂ ਨੱਥ ਪਾ ਸਕੀਏ ਅਤੇ ਆਮ ਲੋਕਾਂ ਲਈ ਜਿਹੜੀ ਹੈਗੀ ਆ ਸ਼ਾਂਤੀ ਦੀ ਦਾ ਮਾਹੌਲ ਬਣਾਇਆ ਨਵਰਾਤਰੇ ਆ ਮੇਲਾ ਚੱਲ ਰਿਹਾ ਸ਼ਰਧਾਲੂ ਜਾ ਰਹੇ ਨੇ ਅਤੇ ਕੋਈ ਹੁੱਲੜਬਾਜ਼ੀ ਨਾ ਕਰੇ ਕੋਈ ਕ੍ਰਾਈਮ ਨੂੰ ਜਿਹੜਾ ਅੰਜਾਮ ਨਾ ਦੇ ਸਕੇ ਉਹਦੇ ਲਈ ਸਪੈਸ਼ਲ ਇੰਤਜ਼ਾਮ ਕੀ ਕੀਤੇ ਗਏ ਉਹਦੇ ਲਈ ਸਪੈਸ਼ਲ ਅਸੀਂ 400 ਦੇ ਕਰੀਬ ਜਿਹੜੀ ਅਸੀਂ ਪੁਲਿਸ ਫੋਰਸ ਲਗਾਈ ਹੋਈ ਆ ਹਰ ਚੱਪੇ ਚੱਪੇ 'ਤੇ ਨਾਕਾਬੰਦੀ ਲਗਵਾਈ ਹੋਈ ਆ ਜਿਵੇਂ ਲੰਗਰ ਚੱਲ ਰਹੇ ਆ ਜਾਂ ਹੋਰ ਪ੍ਰਬੰਧ ਕਾਫੀ ਕਰਵਾਏ ਗਏ ਆ ਤਾਂ ਕਿ ਕੋਈ ਹੁੱਲੜਬਾਜ਼ੀ ਜਾਂ ਕੋਈ ਇਸ ਦਾ ਸ਼ਰਾਰਤੀ ਅਨਸਰ ਜਿਹੜਾ ਕੋਈ ਸ਼ਰਾਰਤ ਨਾ ਕਰ ਸਕੇ ਕਿੰਨੇ ਨਾਕੇ ਜਿਹੜੇ ਆ ਔਰਗਨਾਈਜ਼ ਕਰ ਕੀਤੇ ਗਏ ਇਹ ਇੰਟਰਸਟੇਟ 11 ਨਾਕੇ ਹੈਗੇ ਆ ਜਿਹੜੇ ਅੱਜ ਸਪੈਸ਼ਲ ਸੀਲ ਆਪਰੇਸ਼ਨ ਚੱਲ ਰਿਹਾ ਹਿਮਾਚਲ ਦੇ ਨਾਲ ਜੁਆਇੰਟ ਅਸੀਂ ਜਿਹੜਾ ਨਾਕਾਬੰਦੀ ਕਰਵਾਈ ਹੋਈ ਹੈ ਅਤੇ ਹਰ ਆਉਣ ਜਾਣ ਵਾਲੇ ਦੀ ਸਪੈਸ਼ਲ ਚੈਕਿੰਗ ਹੋ ਰਹੀ ਹੈ ਜੀ ਪਬਲਿਕ ਦਾ ਕਿਹੋ ਜਿਹਾ ਜਿਹੜਾ ਹੁੰਗਾਰਾ ਮਿਲ ਰਿਹਾ ਹੈਗਾ ਪਬਲਿਕ ਜਿਹੜੀ ਤਾਂ ਸਹੀ ਹੈਗੀ ਆ ਉਹਨਾਂ ਨੂੰ ਤਾਂ ਇਸ ਚੀਜ਼ ਦਾ ਖੁਸ਼ੀ ਹੈਗੀ ਹੈ ਕਿ ਪੁਲਿਸ ਸਾਡੀ ਹੈਲਪ ਲਈ ਖੜੀ ਹੈ ਔਰ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਲਈ ਔਖਾ ਹੋ ਰਿਹਾ ਕਿ ਜਿਹੜੇ ਆ ਸਾਡਾ ਅਸੀਂ ਗਲਤ ਕੰਮ ਕਰਨਾ ਉਹਦੇ ਲਈ ਅਸੀਂ ਸਾਨੂੰ ਆਪਾਂ ਆਪਣੇ ਮੁਕਾਮ 'ਤੇ ਨਹੀਂ ਪਹੁੰਚ ਸਕੇ ਨਵਰਾਤਰਿਆਂ ਦੌਰਾਨ ਜੇਕਰ ਸ਼ਰਧਾਲੂਆਂ ਨੂੰ ਕੋਈ ਇਹੋ ਜਿਹੀ ਕੋਈ ਸ਼ੱਕੀ ਚੀਜ਼ ਜਾਂ ਕੋਈ ਸ਼ੱਕੀ ਗੱਡੀ ਜਾਂ ਕੁਝ ਵੀ ਨਜ਼ਰ ਆਉਂਦਾ ਤਾਂ ਕਿਸ ਤਰ੍ਹਾਂ ਪੁਲਿਸ ਦੀ ਮਦਦ ਲੈ ਸਕਦੇ ਅਸੀਂ ਜਿਹੜਾ ਸਾਨੂੰ ਲੱਗਦਾ ਕੋਈ ਸ਼ਰਾਰਤੀ ਅਨਸਰ ਜਾਂ ਕੋਈ ਇਹੋ ਜਿਹੀ ਸ਼ੱਕੀ ਗੱਡੀ ਉਹਦੀ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਅਤੇ ਬਕਾਇਦਾ ਜਿਹੜੇ ਲੰਗਰ ਵਾਲੇ ਕਮੇਟੀਜ਼ ਹੈਗੇ ਆ ਉਹਨਾਂ ਦੇ ਮੈਂਬਰ ਨਾਲ ਲੈ ਕੇ ਉਹਨਾਂ ਨੂੰ ਕੋਆਪਰੇਟ ਕਰਕੇ ਤਾਂ ਅਸੀਂ ਉਹਨਾਂ ਦੇ ਨਾਲ ਜਿਹੜਾ ਹੈ ਆਪਰੇਸ਼ਨ ਕਰਵਾ ਜਨਤਾ ਨੂੰ ਅਪੀਲ ਕਰਨੀ ਚਾਹੋ ਜਨਤਾ ਨੂੰ ਅਪੀਲ ਅਸੀਂ ਕਰਾਂਗੇ ਕਿ ਅਗਰ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਕੋਈ ਸ਼ੱਕੀ ਪਰਸਨ ਜਾਂ ਕੋਈ ਸ਼ੱਕੀ ਚੀਜ਼ ਮਿਲਦੀ ਆ ਇਹਦੇ ਮੇਲੇ ਦੇ ਦੌਰਾਨ ਜਾਂ ਕਿਸੇ ਵੀ ਰੋਡ 'ਤੇ ਜਾਂ ਉਹ ਸਾਨੂੰ ਇਨਫੋਰਮ ਕਰਨ ਹਰ ਜਗ੍ਹਾ 'ਤੇ ਸਾਡੇ ਕੰਟਰੋਲ ਰੂਮ ਸਥਾਪਿਤ ਆ ਸਾਡੇ SHO ਜੀਓ ਸਾਹਿਬਾਨ ਸਾਰੇ ਨਾਕਿਆਂ 'ਤੇ ਲੱਗੇ ਹੋਏ ਆ ਅਗਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇਣੀ ਹੈ ਤਾਂ ਉਹ ਜਦੋਂ ਮਰਜ਼ੀ ਕੰਟਰੋਲ ਰੂਮ 'ਤੇ ਇਨਫੋਰਮੇਸ਼ਨ ਦੇ ਅਤੇ ਅਸੀਂ 24 ਘੰਟੇ ਲਈ ਅਸੀਂ ਤੈਨਾਤ ਇਮਾਨਯੋਗ DGP ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਸਾਰੇ ਸਟੇਟ ਦੇ ਵਿੱਚ ਸਪੈਸ਼ਲ ਆਪਰੇਸ਼ਨ ਸੀਲ ਚੱਲ ਰਿਹਾ ਹੈਗਾ ਅਤੇ ਤਿੰਨ ਸਟੇਟਾਂ ਦੀ ਪੁਲਿਸ ਜਿਹੜੀ ਆ ਨਾਕਾਬੰਦੀ ਕਰਵਾ ਰਹੀ ਇੰਟਰਸਟੇਟ ਦੇ ਨਾਲ ਆਪਾਂ ਜੁਆਇੰਟ ਜਿਹੜਾ ਨਾਕਾਬੰਦੀ ਕਰਵਾ ਰਹੇ ਹੈਗੇ ਆ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਨਾਲ ਇਹ ਨਾਕਾਬੰਦੀ ਸਪੈਸ਼ਲ ਕੀਤੀ ਗਈ ਹੈ ਤਾਂ ਕਿ ਜਿਹੜੇ ਕੋਈ ਸ਼ਰਾਰਤੀ ਅਨਸਰ ਆ ਕੋਈ ਨਸ਼ਾ ਤਸਕਰ ਆ ਜਾਂ ਕੋਈ ਹੁੱਲੜਬਾਜ਼ੀ ਵਾਲੇ ਆ ਉਹਨਾਂ ਨੂੰ ਅਸੀਂ ਨੱਥ ਪਾ ਸਕੀਏ ਅਤੇ ਆਮ ਲੋਕਾਂ ਲਈ ਜਿਹੜੀ ਹੈਗੀ ਆ ਸ਼ਾਂਤੀ ਦੀ ਦਾ ਮਾਹੌਲ ਬਣਾਇਆ ਨਵਰਾਤਰੇ ਆ ਮੇਲਾ ਚੱਲ ਰਿਹਾ ਸ਼ਰਧਾਲੂ ਜਾ ਰਹੇ ਨੇ ਅਤੇ ਕੋਈ ਹੁੱਲੜਬਾਜ਼ੀ ਨਾ ਕਰੇ ਕੋਈ ਕ੍ਰਾਈਮ ਨੂੰ ਜਿਹੜਾ ਅੰਜਾਮ ਨਾ ਦੇ ਸਕੇ ਉਹਦੇ ਲਈ ਸਪੈਸ਼ਲ ਇੰਤਜ਼ਾਮ ਕੀ ਕੀਤੇ ਗਏ ਉਹਦੇ ਲਈ ਸਪੈਸ਼ਲ ਅਸੀਂ 400 ਦੇ ਕਰੀਬ ਜਿਹੜੀ ਅਸੀਂ ਪੁਲਿਸ ਫੋਰਸ ਲਗਾਈ ਹੋਈ ਆ ਹਰ ਚੱਪੇ ਚੱਪੇ 'ਤੇ ਨਾਕਾਬੰਦੀ ਲਗਵਾਈ ਹੋਈ ਆ ਜਿਵੇਂ ਲੰਗਰ ਚੱਲ ਰਹੇ ਆ ਜਾਂ ਹੋਰ ਪ੍ਰਬੰਧ ਕਾਫੀ ਕਰਵਾਏ ਗਏ ਆ ਤਾਂ ਕਿ ਕੋਈ ਹੁੱਲੜਬਾਜ਼ੀ ਜਾਂ ਕੋਈ ਇਸ ਦਾ ਸ਼ਰਾਰਤੀ ਅਨਸਰ ਜਿਹੜਾ ਕੋਈ ਸ਼ਰਾਰਤ ਨਾ ਕਰ ਸਕੇ ਕਿੰਨੇ ਨਾਕੇ ਜਿਹੜੇ ਆ ਔਰਗਨਾਈਜ਼ ਕਰ ਕੀਤੇ ਗਏ ਇਹ ਇੰਟਰਸਟੇਟ 11 ਨਾਕੇ ਹੈਗੇ ਆ ਜਿਹੜੇ ਅੱਜ ਸਪੈਸ਼ਲ ਸੀਲ ਆਪਰੇਸ਼ਨ ਚੱਲ ਰਿਹਾ ਹਿਮਾਚਲ ਦੇ ਨਾਲ ਜੁਆਇੰਟ ਅਸੀਂ ਜਿਹੜਾ ਨਾਕਾਬੰਦੀ ਕਰਵਾਈ ਹੋਈ ਹੈ ਅਤੇ ਹਰ ਆਉਣ ਜਾਣ ਵਾਲੇ ਦੀ ਸਪੈਸ਼ਲ ਚੈਕਿੰਗ ਹੋ ਰਹੀ ਹੈ ਜੀ ਪਬਲਿਕ ਦਾ ਕਿਹੋ ਜਿਹਾ ਜਿਹੜਾ ਹੁੰਗਾਰਾ ਮਿਲ ਰਿਹਾ ਹੈਗਾ ਪਬਲਿਕ ਜਿਹੜੀ ਤਾਂ ਸਹੀ ਹੈਗੀ ਆ ਉਹਨਾਂ ਨੂੰ ਤਾਂ ਇਸ ਚੀਜ਼ ਦਾ ਖੁਸ਼ੀ ਹੈਗੀ ਹੈ ਕਿ ਪੁਲਿਸ ਸਾਡੀ ਹੈਲਪ ਲਈ ਖੜੀ ਹੈ ਔਰ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਲਈ ਔਖਾ ਹੋ ਰਿਹਾ ਕਿ ਜਿਹੜੇ ਆ ਸਾਡਾ ਅਸੀਂ ਗਲਤ ਕੰਮ ਕਰਨਾ ਉਹਦੇ ਲਈ ਅਸੀਂ ਸਾਨੂੰ ਆਪਾਂ ਆਪਣੇ ਮੁਕਾਮ 'ਤੇ ਨਹੀਂ ਪਹੁੰਚ ਸਕੇ ਨਵਰਾਤਰਿਆਂ ਦੌਰਾਨ ਜੇਕਰ ਸ਼ਰਧਾਲੂਆਂ ਨੂੰ ਕੋਈ ਇਹੋ ਜਿਹੀ ਕੋਈ ਸ਼ੱਕੀ ਚੀਜ਼ ਜਾਂ ਕੋਈ ਸ਼ੱਕੀ ਗੱਡੀ ਜਾਂ ਕੁਝ ਵੀ ਨਜ਼ਰ ਆਉਂਦਾ ਤਾਂ ਕਿਸ ਤਰ੍ਹਾਂ ਪੁਲਿਸ ਦੀ ਮਦਦ ਲੈ ਸਕਦੇ ਅਸੀਂ ਜਿਹੜਾ ਸਾਨੂੰ ਲੱਗਦਾ ਕੋਈ ਸ਼ਰਾਰਤੀ ਅਨਸਰ ਜਾਂ ਕੋਈ ਇਹੋ ਜਿਹੀ ਸ਼ੱਕੀ ਗੱਡੀ ਉਹਦੀ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਅਤੇ ਬਕਾਇਦਾ ਜਿਹੜੇ ਲੰਗਰ ਵਾਲੇ ਕਮੇਟੀਜ਼ ਹੈਗੇ ਆ ਉਹਨਾਂ ਦੇ ਮੈਂਬਰ ਨਾਲ ਲੈ ਕੇ ਉਹਨਾਂ ਨੂੰ ਕੋਆਪਰੇਟ ਕਰਕੇ ਤਾਂ ਅਸੀਂ ਉਹਨਾਂ ਦੇ ਨਾਲ ਜਿਹੜਾ ਹੈ ਆਪਰੇਸ਼ਨ ਕਰਵਾ ਜਨਤਾ ਨੂੰ ਅਪੀਲ ਕਰਨੀ ਚਾਹੋ ਜਨਤਾ ਨੂੰ ਅਪੀਲ ਅਸੀਂ ਕਰਾਂਗੇ ਕਿ ਅਗਰ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਕੋਈ ਸ਼ੱਕੀ ਪਰਸਨ ਜਾਂ ਕੋਈ ਸ਼ੱਕੀ ਚੀਜ਼ ਮਿਲਦੀ ਆ ਇਹਦੇ ਮੇਲੇ ਦੇ ਦੌਰਾਨ ਜਾਂ ਕਿਸੇ ਵੀ ਰੋਡ 'ਤੇ ਜਾਂ ਉਹ ਸਾਨੂੰ ਇਨਫੋਰਮ ਕਰਨ ਹਰ ਜਗ੍ਹਾ 'ਤੇ ਸਾਡੇ ਕੰਟਰੋਲ ਰੂਮ ਸਥਾਪਿਤ ਆ ਸਾਡੇ SHO ਜੀਓ ਸਾਹਿਬਾਨ ਸਾਰੇ ਨਾਕਿਆਂ 'ਤੇ ਲੱਗੇ ਹੋਏ ਆ ਅਗਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇਣੀ ਹੈ ਤਾਂ ਉਹ ਜਦੋਂ ਮਰਜ਼ੀ ਕੰਟਰੋਲ ਰੂਮ 'ਤੇ ਇਨਫੋਰਮੇਸ਼ਨ ਦੇ ਦੇ ਤਾਂ ਅਸੀਂ 24 ਘੰਟੇ ਲਈ ਅਸੀਂ ਤੈਨਾਤ